ਪੈਰਿਸ ਪੈਰਾਲੰਪਿਕ 2024 ਵਿੱਚ ਭਾਰਤੀ ਤੀਰਅੰਦਾਜ਼ ਹਰਵਿੰਦਰ ਸਿੰਘ ਨੇ ਆਪਣਾ ਬੇਹੱਦ ਸ਼ਾਨਦਾਰ ਪ੍ਰਦਰਸ਼ਨ ਦਿਖਾਉਂਦੇ ਹੋਏ ਭਾਰਤ ਲਈ ਸੋਨੇ ਦਾ ਤਗਮਾ ਜਿੱਤਿਆ। ਹਰਵਿੰਦਰ ਦਾ ਜਨਮ ਇੱਕ ਆਮ ਬੱਚੇ ਵਾਂਗ ਹਰਿਆਣਾ ਦੇ ਕੈਥਲ ਜ਼ਿਲ੍ਹੇ ਦੇ ਪਿੰਡ ਅਜੀਤਗੜ੍ਹ 'ਚ ਹੋਇਆ ਸੀ, ਪਰ ਜਨਮ ਤੋਂ ਸਵਾ ਸਾਲ ਬਾਅਦ ਉਹਨਾਂ ਦੇ ਨਾਲ ਇੱਕ ਅਣਹੋਣੀ ਵਾਪਰ ਗਈ। 1992 ਦੇ ਵਿੱਚ ਉਹ ਕਿਸੇ ਬਿਮਾਰੀ ਤੋਂ ਪੀੜਤ ਸਨ ਤਾਂ ਉਹਨਾਂ ਦੇ ਪਿਤਾ ਉਹਨਾਂ ਨੂੰ ਪਿੰਡ ਦੇ ਹੀ ਇੱਕ ਸਥਾਨਕ ਡਾਕਟਰ ਕੋਲ ਲੈ ਗਏ। ਡਾਕਟਰ ਨੇ ਬਿਮਾਰੀ ਤੋਂ ਬਚਾਅ ਲਈ ਹਰਵਿੰਦਰ ਨੂੰ ਗਲਤ ਟੀਕਾ ਲਗਾ ਦਿੱਤਾ, ਜਿਸ ਕਾਰਨ ਉਹਨਾਂ ਦੀ ਖੱਬੀ ਲੱਤ ਖਰਾਬ ਹੋ ਗਈ। ਉਦੋਂ ਤੋਂ ਹੀ ਹਰਵਿੰਦਰ ਸਿੰਘ ਦੀ ਖੱਬੀ ਲੱਤ ਕਮਜ਼ੋਰ ਹੈ, ਪਰ ਇਹ ਕਮਜ਼ੋਰੀ ਕਦੇ ਹਰਵਿੰਦਰ ਦੀ ਸਫਲਤਾ ਦੇ ਰਸਤੇ ਵਿੱਚ ਅੜਿੱਕਾ ਨਹੀਂ ਬਣੀ। 2012 ਦੀ ਗੱਲ ਹੈ, ਹਰਵਿੰਦਰ ਸਿੰਘ ਯੂਨੀਵਰਸਿਟੀ ਦੀ ਕੰਟੀਨ ਵਿੱਚ ਲੰਡਨ ਵਿਖੇ ਹੋ ਰਹੀਆਂ ਓਲੰਪਿਕ ਖੇਡਾਂ ਨੂੰ ਦੇਖ ਰਹੇ ਸਨ। ਉਦੋਂ ਹਰਵਿੰਦਰ ਨੇ ਮਨ ਦੇ ਵਿੱਚ ਆਇਆ ਕਿ ਮੈਂ ਵੀ ਆਰਚਰੀ ਕਰਾਂ। ਉਸ ਸਮੇਂ ਹਰਵਿੰਦਰ ਕੋਚ ਜੀਵਨਜੋਤ ਸਿੰਘ ਤੇਜਾ ਕੋਲ ਗਰਾਊਂਡ ਵਿੱਚ ਆਏ ਤੇ ਖੇਡ ਬਾਰੇ ਪੁੱਛਣ ਲੱਗੇ। ਕੋਚ ਜੀਵਨਜੋਤ ਸਿੰਘ ਨੇ ਕਿਹਾ, ਮੈਂ ਉਹਨਾਂ ਨੂੰ ਪ੍ਰੇਰਿਤ ਕੀਤਾ ਕਿ ਹਾਂ, ਇਹ ਖੇਡ ਕੀਤੀ ਜਾ ਸਕਦੀ ਹੈ। ਹਰਵਿੰਦਰ ਦੇ ਮਨ ਵਿੱਚ ਉਸ ਸਮੇਂ ਵੀ ਖਦਸ਼ਾ ਸੀ ਕਿ ਉਮਰ ਜ਼ਿਆਦਾ ਹੋਣ ਕਾਰਨ ਖੇਡ ਦੀ ਸ਼ੁਰੂਆਤ ਨਹੀਂ ਹੋ ਸਕਦੀ, ਪਰ ਜੀਵਨਜੋਤ ਸਿੰਘ ਨੇ ਕਿਹਾ, ਮੈਂ ਇਸ ਸੋਚ ਦੇ ਖਿਲਾਫ ਹਾਂ ਕਿ ਛੋਟੀ ਉਮਰ ਵਿੱਚ ਹੀ ਕਿਸੇ ਖੇਡ ਦੀ ਸ਼ੁਰੂਆਤ ਕਰਨਾ ਸਹੀ ਹੁੰਦਾ ਹੈ। ਜੇਕਰ ਕਿਸੇ ਚੀਜ਼ ਨੂੰ ਕਰਨ ਦੀ ਲਗਨ ਹੋਵੇ ਤਾਂ ਹਰ ਕੰਮ ਕੀਤਾ ਜਾ ਸਕਦਾ ਹੈ, ਭਾਵੇਂ ਉਹ ਕੋਈ ਵੀ ਉਮਰ ਹੋਵੇ। ਇਸ ਤੋਂ ਬਾਅਦ ਹਰਵਿੰਦਰ ਨੇ ਆਪਣੇ ਸਫ਼ਰ ਦੀ ਸ਼ੁਰੂਆਤ ਕੀਤੀ ਅਤੇ ਮਿਹਨਤ ਕਰਦਿਆਂ ਅੱਗੇ ਵੱਧਦੇ ਗਏ। ਪੰਜਾਬੀ ਯੂਨੀਵਰਸਿਟੀ ਵਿੱਚ ਹਰਵਿੰਦਰ ਸਿੰਘ ਨੇ ਪੜ੍ਹਾਈ ਦੇ ਨਾਲ ਨਾਲ ਤੀਰ ਅੰਦਾਜ਼ੀ ਦੇ ਗੁਰ ਲਏ। ਉਸ ਤੋਂ ਬਾਅਦ ਸਾਲ 2016 ਦੇ ਵਿੱਚ ਹਰਵਿੰਦਰ ਨੇ ਨੈਸ਼ਨਲ ਚੈਂਪੀਅਨਸ਼ਿਪ ਵਿੱਚ 2 ਕਾਂਸੀ ਦੇ ਤਗਮੇ ਹਾਸਲ ਕੀਤੇ। ਫਿਰ ਉਹਨਾਂ ਨੇ 2017 ਦੇ ਵਿੱਚ ਵਿਸ਼ਵ ਚੈਂਪੀਅਨਸ਼ਿਪ ਪੈਰਾ ਤੀਰਅੰਦਾਜ਼ੀ ਵਿੱਚ ਭਾਗ ਲਿਆ ਅਤੇ 7ਵਾਂ ਰੈਂਕ ਹਾਸਲ ਕੀਤਾ। 2018 ਵਿੱਚ ਉਹਨਾਂ ਨੇ ਚੈੱਕ ਗਣਰਾਜ ਵਿੱਚ ਹੋਈ ਚੈਂਪੀਅਨਸ਼ਿਪ ਵਿੱਚ ਭਾਗ ਲਿਆ ਅਤੇ 9ਵਾਂ ਰੈਂਕ ਹਾਸਲ ਕੀਤਾ। 2018 ਵਿੱਚ ਪੈਰਾ ਏਸ਼ੀਅਨ ਖੇਡਾਂ ਵਿੱਚ ਵਿਅਕਤੀਗਤ ਈਵੈਂਟ ਵਿੱਚ ਸੋਨ ਤਗਮਾ ਜਿੱਤਿਆ। ਅਕਤੂਬਰ 2018 ਵਿੱਚ ਹੋਈਆਂ ਪੈਰਾ ਏਸ਼ੀਅਨ ਖੇਡਾਂ ਵਿੱਚ ਪੁਰਸ਼ਾਂ ਦੇ ਵਿਅਕਤੀਗਤ ਰਿਕਵਰੀ ਈਵੈਂਟ ਵਿੱਚ ਹਰਵਿੰਦਰ ਨੇ ਸੋਨ ਤਗਮਾ ਆਪਣੇ ਨਾਮ ਕੀਤਾ। 2019 ਵਿੱਚ ਪੈਰਾ ਤੀਰਅੰਦਾਜ਼ੀ ਨੈਸ਼ਨਲ ਚੈਂਪੀਅਨਸ਼ਿਪ ਵਿੱਚ ਹਰਵਿੰਦਰ ਸਿੰਘ ਨੇ 2 ਚਾਂਦੀ ਦੇ ਤਗਮੇ ਜਿੱਤੇ। 2021 ਵਿੱਚ ਹੋਈਆਂ ਟੋਕੀਓ ਪੈਰਾ ਓਲੰਪਿਕਸ ਵਿੱਚ ਹਰਵਿੰਦਰ ਸਿੰਘ ਨੇ ਤੀਰਅੰਦਾਜ਼ੀ ਵੀ ਵਿੱਚ ਜੋ ਹੈ ਕਾਂਸੀ ਦਾ ਤਗਮਾ ਜਿੱਤ ਕੇ ਭਾਰਤ ਦਾ ਮਾਣ ਵਧਾਇਆ। ਬੀਬੀਸੀ ਅਨੁਸਾਰ ਕੋਚ ਜੀਵਨਜੋਤ ਤੇਜਾ ਦੱਸਦੇ ਹਨ ਕਿ ਹਰਵਿੰਦਰ ਦੇ ਜੀਵਨ ਵਿੱਚ ਕਈ ਉਤਾਰ ਚੜ੍ਹਾਅ ਆਏ। 2014 ਵਿੱਚ ਇੱਕ ਵਾਰ ਹਰਵਿੰਦਰ ਨੇ ਤੀਰਅੰਦਾਜ਼ੀ ਛੱਡ ਦਿੱਤੀ ਸੀ। ਜੀਵਨਜੋਤ ਕਹਿੰਦੇ ਹਨ, ਮੈਂ ਥੋੜ੍ਹਾ ਹਰਵਿੰਦਰ ਵੱਲ ਧਿਆਨ ਨਹੀਂ ਦਿੱਤਾ ਅਤੇ ਅਸਿਸਟੈਂਟ ਕੋਚ ਨੇ ਹਰਵਿੰਦਰ ਨੂੰ ਇਹ ਕਹਿ ਦਿੱਤਾ ਕਿ ਤੇਰਾ ਪ੍ਰਦਰਸ਼ਨ ਚੰਗਾ ਨਹੀਂ ਹੈ, ਤੂੰ ਖੇਡ ਛੱਡ ਕੇ ਆਪਣੀ ਪੜ੍ਹਾਈ ਵੱਲ ਧਿਆਨ ਦੇ। ਇਸ ਤੋਂ ਬਾਅਦ ਹਰਵਿੰਦਰ ਨੇ ਮੇਰੇ ਕੋਲ ਆ ਕੇ ਕਿਹਾ, ਮੇਰਾ ਹੌਸਲਾ ਕਾਫੀ ਡਿੱਗ ਗਿਆ ਹੈ ਅਤੇ ਮੇਰੇ ਤੋਂ ਹੁਣ ਹੋਰ ਖੇਡ ਨਹੀਂ ਖੇਡੀ ਜਾਣੀ। ਪਰ ਕੋਚ ਜੀਵਨਜੋਤ ਤੇਜਾ ਦੇ ਦਿੱਤੇ ਹੌਸਲੇ ਕਾਰਨ ਹਰਵਿੰਦਰ ਨੇ ਆਪਣੇ ਕਰੀਅਰ ਦੀ ਫਿਰ ਤੋਂ ਸ਼ੁਰੂਆਤ ਕੀਤੀ। ਕੋਚ ਜੀਵਨਜੋਤ ਦੱਸਦੇ ਹਨ ਕਿ ਪਹਿਲਾਂ ਹਰਵਿੰਦਰ ਕੰਪਾਊਂਡ ਈਵੈਂਟ ਵਿੱਚ ਹਿੱਸਾ ਲੈਂਦਾ ਸੀ, ਪਰ ਉਹਨਾਂ ਨੇ ਉਸਦੇ ਈਵੈਂਟ ਵਿੱਚ ਬਦਲਾਅ ਕੀਤਾ ਅਤੇ ਹਰਵਿੰਦਰ ਨੂੰ ਰਿਕਰਵ ਈਵੈਂਟ ਵਿੱਚ ਪਾਇਆ। ਜੀਵਨਜੋਤ ਤੇਜਾ ਦੱਸਦੇ ਹਨ, ਮੇਰੀ ਇਹ ਕੋਸ਼ਿਸ਼ ਕਾਮਯਾਬ ਰਹੀ ਅਤੇ ਹਰਵਿੰਦਰ ਨੇ ਲਗਾਤਾਰ ਮਿਹਨਤ ਕੀਤੀ ਅਤੇ 3 ਸਾਲ ਬਾਅਦ ਏਸ਼ੀਅਨ ਚੈਂਪੀਅਨਸ਼ਿਪ ਦੇ ਟੀਮ ਈਵੈਂਟ ਵਿੱਚ ਕਾਂਸੀ ਦਾ ਤਗਮਾ ਹਾਸਲ ਕੀਤਾ। ਉਹ ਅੱਗੇ ਦੱਸਦੇ ਹਨ ਕਿ ਕਈ ਵਾਰ ਇਨਸਾਨ ਦਾ ਮਾੜਾ ਸਮਾਂ ਪਿੱਛਾ ਨਹੀਂ ਛੱਡਦਾ। ਜਦੋਂ ਹਰਵਿੰਦਰ ਸਿੰਘ ਇੰਡੀਆ ਕੈਂਪ ਵਿੱਚ ਸੀ, ਉਸ ਸਮੇਂ ਹਰਵਿੰਦਰ
ਹਰਵਿੰਦਰ ਦੀ ਮਾਤਾ ਦਾ ਦੇਹਾਂਤ ਹੋ ਗਿਆ। ਇੱਕ ਹਫ਼ਤੇ ਬਾਅਦ ਹਰਵਿੰਦਰ ਨੇ ਜਕਾਰਤਾ ਪੈਰਾ ਏਸ਼ੀਅਨ ਖੇਡਾਂ ਲਈ ਜਾਣਾ ਸੀ। ਇੱਕ ਖਿਡਾਰੀ ਲਈ ਇਹ ਸਮਾਂ ਬਹੁਤ ਔਖਾ ਹੁੰਦਾ ਹੈ, ਪਰ ਹਰਵਿੰਦਰ ਨੂੰ ਸਾਰੇ ਕੋਚਿੰਗ ਸਟਾਫ ਨੇ ਹੌਸਲਾ ਦਿੱਤਾ। ਹਰਵਿੰਦਰ ਜਕਾਰਤਾ ਪੈਰਾ ਏਸ਼ੀਅਨ ਖੇਡਾਂ ਵਿੱਚ ਹਿੱਸਾ ਲੈਣ ਗਿਆ। ਦੁੱਖਾਂ ਦਾ ਪਹਾੜ ਡਿੱਗਣ ਦੇ ਬਾਵਜੂਦ ਹਰਵਿੰਦਰ ਸਿੰਘ ਨੇ 2018 ਦੀਆਂ ਜਕਾਰਤਾ ਪੈਰਾ ਏਸ਼ੀਅਨ ਖੇਡਾਂ ਵਿੱਚ ਗੋਲਡ ਮੈਡਲ ਜਿੱਤ ਕੇ ਇਤਿਹਾਸ ਰਚਿਆ।